ਉਹ ਕੇਵਲ ਮੈਨੂੰ ਨਹੀਂ ਬਲਕਿ ਧਰਤੀ ਦੇ ਜਿੰਨੇ ਵੀ ਜਨ ਨੇ, ਜਿੰਨੀਆਂ ਵੀ ਰੂਹਾਂ ਨੇ, ਸਭਨਾਂ ਨੂੰ ਉੱਚਾ ਕਰਨਾ ਚਾਹੁੰਦਾ। ਕਿਸੇ ਨੂੰ ਵੀ ਉਹ ਸ਼ਰਮਿੰਦਗੀ ਵਾਲੀ ਜ਼ਿੰਦਗੀ ਨਹੀਂ ਦੇਣਾ ਚਾਹੁੰਦਾ। ਅਗਰ ਤੁਸੀਂ ਗਰੀਬ ਘਰ ਵਿੱਚ ਪੈਦਾ ਹੋਏ ਹੋ ਤੇ ਇਹ ਤੁਹਾਡੀ ਇੱਛਾ ਨਹੀਂ ਸੀ, ਇਹ ਪਰਮੇਸ਼ਵਰ ਦੀ ਇੱਛਾ ਸੀ ਕਿ ਤੁਸੀਂ ਗਰੀਬ ਘਰ ਦੇ ਵਿੱਚ ਪੈਦਾ ਹੋਵੋ, ਪਰ ਗਰੀਬ ਘਰ ਵਿੱਚ ਮਰਨਾ ਇਹ ਤੁਹਾਡੀ ਇੱਛਾ ਦੇ ਅਨੁਸਾਰ ਹੈ। ਪਰਮੇਸ਼ਵਰ ਤੁਹਾਨੂੰ ਗਰੀਬ ਘਰ ਵਿੱਚ ਮਰਨਾ ਨਹੀਂ ਚਾਹੁੰਦਾ। ਗਰੀਬ ਘਰ ਵਿੱਚ ਆਏ ਹੋ ਪਰ ਗਰੀਬ ਵਿੱਚ ਮਰਨਾ ਪ੍ਰਭੂ ਦੀ ਇੱਛਾ ਨਹੀਂ ਆ। ਪ੍ਰਭੂ ਦੀ ਇੱਛਾ ਕਿ ਤੁਸੀਂ ਇੱਕ ਬਲੈਸ ਲਾਈਫ ਜੀਓ, ਆਪਣੀ ਗਰੀਬੀ ਦੇ ਵਿੱਚੋਂ ਬਾਹਰ ਆਓ, ਆਪਣੇ ਸ਼ਰਾਬਾਂ ਦੇ ਵਿੱਚੋਂ ਤੁਸੀਂ ਬਾਹਰ ਆਓ, ਆਪਣੇ ਘਰਾਂ ਦੇ ਕਲੇਸ਼ਾਂ ਦੇ ਵਿੱਚ ਤੁਸੀਂ ਬਾਹਰ ਆਓ, ਆਪਣੀ ਬਿਮਾਰੀਆਂ ਦੇ ਵਿੱਚੋਂ ਤੁਸੀਂ ਬਾਹਰ ਆਓ। ਪਰਮੇਸ਼ਵਰ ਦੀ ਇਹ ਇੱਛਾ ਹੈ। ਔਰ ਇਹ ਇੱਛਾ ਕਿੱਦਾਂ ਪੂਰੀ ਹੋਵੇਗੀ? ਵਚਨ ਕਹਿੰਦਾ ਬਿਨਾਂ ਮਿਹਨਤ ਕੀਤਾ ਕਿਸੇ ਨੂੰ ਵੀ ਫਲ ਨਹੀਂ ਮਿਲਦਾ। ਵਚਨ ਕਹਿੰਦਾ ਮਸੀਹ ਦੇ ਵਿੱਚ ਕੀਤੀ ਗਈ ਮਿਹਨਤ ਕਦੇ ਵੀ ਵਿਅਰਥ ਨਹੀਂ ਹੁੰਦੀ। ਜਦੋਂ ਤੁਸੀਂ ਪਰਮੇਸ਼ਵਰ ਦੇ ਘਰ ਵਿੱਚ ਆ ਰਹੇ ਹੋ, ਆਪਣਾ ਬੈਸਟ ਬੀਜ ਦੇ ਰਹੇ ਹੋ, ਆਪਣਾ ਐਫਰਟ ਲਗਾ ਰਹੇ ਹੋ, ਤੁਸੀਂ ਘਰ ਜਾ ਕੇ ਆਪਣੀ ਪ੍ਰਾਰਥਨਾ ਵਿੱਚ ਬਣੇ ਹੋਏ ਹੋ, ਰੋਜ਼ਿਆਂ ਵਿੱਚ ਬਣੇ ਹੋਏ ਹੋ, ਤੁਹਾਡਾ ਜੀਵਨ ਸਿੱਧਾ ਹੈ, ਤੁਹਾਡੇ ਜੀਵਨ ਦੀ ਚਾਲ ਚਲਨ ਸਿੱਧਾ ਹੈ। ਚਾਲ ਚਲਨ ਮਤਲਬ ਉਹਦੇ ਵਿੱਚ ਕੋਈ ਪਾਪ ਨਹੀਂ ਆ, ਕੋਈ ਗੁਨਾਹ ਨਹੀਂ ਹੈ, ਕੋਈ ਬੁਰਾਈ ਨਹੀਂ ਆ, ਕੋਈ ਚੁਗਲੀ, ਨਿੰਦਿਆ, ਹੰਕਾਰ ਨਹੀਂ ਆ। ਕਿਸੇ ਨੂੰ ਦੇਖ ਕੇ ਤੁਸੀਂ ਸੜਦੇ ਨਹੀਂ ਹੋ। ਅਗਰ ਕੋਈ ਅੱਛਾ ਕਰ ਰਿਹਾ ਤੇ ਤੁਸੀਂ ਉਹਨੂੰ ਐਪਰੀਸ਼ੀਏਟ ਕਰਦੇ ਹੋ, ਅਗਰ ਕੋਈ ਅੱਛਾ ਕਰ ਰਿਹਾ ਤੇ ਤੁਸੀਂ ਉਹਨੂੰ ਉਤਸ਼ਾਹਿਤ ਕਰਦੇ ਹੋ ਕਿ ਮੇਰੀ ਭੈਣ ਹੋਰ ਅੱਛਾ ਕਰ, ਮੇਰੇ ਵੀਰ ਤੂੰ ਹੋਰ ਅੱਛਾ ਕਰ, ਤੂੰ ਸਹੀ ਮਾਰਗ ਤੇ ਹੈ। ਅਗਰ ਤੁਸੀਂ ਜਿਹੜਾ ਬੰਦਾ ਸਹੀ ਕਰ ਰਿਹਾ ਉਹਨੂੰ ਖਿੱਚ ਰਹੇ ਹੋ, ਉਹਦੇ ਅੱਗੇ ਰੁਕਾਵਟਾਂ ਪੈਦਾ ਕਰ ਰਹੇ ਹੋ, ਤੇ ਯਾਦ ਰੱਖਿਓ ਪਰਮੇਸ਼ਰ ਤੁਹਾਡੇ ਜੀਵਨ 'ਚ ਰੁਕਾਵਟਾਂ ਪੈਦਾ ਕਰੇਗਾ। ਕਿਉਂਕਿ ਜੋ ਕੋਈ ਉਹਦੀ ਸੰਤਾਨ ਨੂੰ ਸਤਾਉਂਦਾ, ਜੋ ਕੋਈ ਉਹਦੀ ਸੰਤਾਨ ਨੂੰ ਦੁੱਖ ਦਿੰਦਾ, ਉਹ ਉਹਨਾਂ ਨੂੰ ਬਖਸ਼ਦਾ ਨਹੀਂ ਆ। ਮੈਂ ਤੁਹਾਨੂੰ ਪੁੱਛਣਾ ਚਾਹਾਂਗੀ, ਅਗਰ ਤੁਹਾਡੇ ਬੱਚੇ ਨੂੰ ਕੋਈ ਤੰਗ ਕਰੇ ਬੇਨਜ਼ਾਇਜ਼, ਤੁਹਾਡਾ ਬੱਚਾ ਅੱਛਾ ਪੜ੍ਹ ਰਿਹਾ, ਅੱਛਾ ਲਿਖ ਰਿਹਾ, ਉਹਦੀ ਅੱਛੀ ਸੋਚ ਹੈ, ਉਹਨੂੰ ਸਮਾਜ ਨੂੰ ਬਦਲਣ ਦੀ ਅੱਛੀ ਸੋਚ ਹੈ, ਅਗਰ ਕੋਈ ਤੁਹਾਡੇ ਬੱਚੇ ਨੂੰ ਬੁਰਾ ਆਖੇ, ਤੁਹਾਡੇ ਬੱਚੇ ਨੂੰ ਕੋਈ ਮਾੜਾ ਆਖੇ, ਤੁਸੀਂ ਬਰਦਾਸ਼ਤ ਕਰੋਗੇ? ਤੁਸੀਂ ਮਾਤਾ ਪਿਤਾ ਹੋਣ ਦੇ ਨਾਤੇ ਤੁਸੀਂ ਬਰਦਾਸ਼ਤ ਨਹੀਂ ਕਰੋਗੇ? ਤੁਸੀਂ ਵਲੰਟੀਅਰ ਹੋ ਨਾ, ਤੁਹਾਡਾ ਕੰਮ ਆ ਬੱਚੇ ਨਾਲ ਕਰਨਾ। ਤੁਹਾਨੂੰ ਪਤਾ ਪਵਿੱਤਰ ਹਜ਼ੂਰੀ ਤੇ ਹਰ ਕੋਈ ਨਹੀਂ ਆ ਸਕਦਾ। ਅਗਰ ਤੁਹਾਡੇ ਬੱਚੇ ਨੂੰ ਕੋਈ, ਤੁਹਾਡਾ ਬੱਚਾ ਜਿਹੜਾ ਤੁਹਾਡੇ ਨਜ਼ਰਾਂ 'ਚ ਬੈਸਟ ਹੈ, ਅੱਛਾ ਹੈ, ਉਹ ਬੀਜ ਬੋ ਰਿਹਾ, ਅੱਛਾ ਕੰਮ ਕਰ ਰਿਹਾ, ਅੱਛੀ ਪੜ੍ਹਾਈ ਕਰ ਰਿਹਾ, ਅੱਛਾ ਕੋਰਸ ਕਰ ਰਿਹਾ, ਮਾੜੀ ਮੱਤ ਦੇ ਉੱਤੇ ਨਹੀਂ ਆ, ਅੱਛੀ ਮੱਤ ਦੇ ਉੱਤੇ ਚੱਲ ਰਿਹਾ ਤੁਹਾਡਾ ਬੱਚਾ, ਤੇ ਬਾਹਰੋਂ ਕੋਈ ਆਣ ਕੇ ਤੁਹਾਡੀ ਬੁਰਾਈ ਕਰਦਾ, ਤੁਹਾਡੇ ਬੱਚੇ ਦੀ ਬੁਰਾਈ ਕਰਦਾ, ਕੀ ਤੁਸੀਂ ਬਰਦਾਸ਼ਤ ਕਰੋਗੇ? ਆਈ ਥਿੰਕ ਤੁਸੀਂ ਕੋਈ ਵੀ ਮਾਂ ਜਾਂ ਪਿਓ
ਨਹੀਂ, ਕੋਈ ਨੀ ਮਾਂ ਬਰਦਾਸ਼ਤ ਨਹੀਂ ਕਰੇਗਾ, ਕੋਈ ਨੀ ਪਿਓ ਇਹ ਬਰਦਾਸ਼ਤ ਨਹੀਂ ਕਰੇਗਾ ਕਿ ਮੇਰੇ ਪੁੱਤ ਨੂੰ, ਮੇਰੀ ਧੀ ਨੂੰ ਕੋਈ ਬਾਹਰ ਦਾ ਬੰਦਾ ਆ ਕੇ ਮਾੜਾ ਬੋਲੇ। ਤੁਸੀਂ ਉਹਦੇ ਲਈ ਐਕਸ਼ਨ ਲਵੋਗੇ, ਤੁਸੀਂ ਉਹਦੇ ਲਈ ਖੜੇ ਹੋ ਜਾਓਗੇ, ਐਕਸ਼ਨ ਲਵੋਗੇ ਕਿ ਤੂੰ ਕੌਣ ਹੁੰਨਾ ਮੇਰੀ ਧੀ ਤੇ ਮੇਰੇ ਪੁੱਤ ਨੂੰ ਕੁਛ ਕਹਿਣ ਵਾਲਾ, ਤੂੰ ਕੌਣ ਹੈ। ਅਸੀਂ ਜਾਣਦੇ ਕਿ ਮੇਰਾ ਧੀ ਮੇਰਾ ਪੁੱਤ ਕਿੱਦਾਂ ਦਾ, ਉਹ ਅੱਛੇ ਕੰਮ ਕਰ ਰਿਹਾ ਔਰ ਅੱਛੇ ਵਧੀਆ ਕੰਮ ਕਰ ਰਿਹਾ, ਅੱਛੀ ਪੜ੍ਹਾਈ ਕਰ ਰਿਹਾ, ਅੱਛੀ ਲਿਖ ਰਿਹਾ। ਉਸੇ ਤਰ੍ਹਾਂ ਸਾਡਾ ਸਵਰਗ ਚ ਬੈਠਾ ਪਰਮੇਸ਼ਵਰ ਹੈ ਜਿਹਦਾ ਨਾਮ ਹੈ ਪ੍ਰਭੂ ਯਿਸੂ ਮਸੀਹ, ਅਸੀਂ ਉਹਦੇ ਧੀਆਂ ਪੁੱਤਰ ਹਾਂ, ਅਸੀਂ ਉਹਦੇ ਧੀਆਂ ਪੁੱਤਰ ਹਾਂ, ਅਸੀਂ ਧੀਆਂ ਪੁੱਤਰ ਉਹਦੇ ਕੰਮ ਕਰ ਰਹੇ ਹਾਂ, ਲੋਕਾਂ ਨੂੰ ਸਹੀ ਸੇਧ ਦੇ ਰਹੇ ਹਾਂ, ਲੋਕਾਂ ਨੂੰ ਸਹੀ ਸੋਚ ਸਮਾਚਾਰ ਸੁਣਾ ਰਹੇ ਹਾਂ, ਲੋਕਾਂ ਨੂੰ ਜ਼ਿੰਦਗੀ ਜਿਉਣ ਦਾ ਅਸੀਂ ਵੱਲ ਸਿਖਾ ਰਹੇ ਹਾਂ। ਅਗਰ ਸਾਡੇ ਲਈ ਕੋਈ ਮਾੜਾ ਬੋਲੇਗਾ, ਸਾਡੇ ਲਈ ਕੋਈ ਮਾੜਾ ਬੀਜ ਬੋਏਗਾ, ਤੇ ਤਿਆਰ ਹੋ ਜੇ ਉਹ ਮਾੜਾ ਕੱਟਣ ਦੇ ਲਈ, ਕਿਉਂਕਿ ਬਾਈਬਲ ਕਹਿੰਦੀ ਆ ਕਿ ਜਿੱਦਾਂ ਦਾ ਤੁਸੀਂ ਬੀਜ ਪਾਉਂਦੇ ਹੋ ਤੁਸੀਂ ਓਦਾਂ ਦਾ ਹੀ ਕੱਟਣਾ, ਤੇ ਤਿਆਰ ਹੋ ਜਾਓ, ਉਹ ਤੁਹਾਡੇ ਦੂਰ ਨਹੀਂ ਹੈ ਕਿ ਤੁਸੀਂ ਬੁਰਾ ਕੱਟੋਗੇ। ਇੱਕ ਕਿਸਾਨ ਨੇ ਬੀਜ ਲਗਾਇਆ, ਇਹ ਕਣਕ ਬੀਜੀ ਕਿਸਾਨ ਨੇ, ਤੇ ਕੀ ਉਸੇ ਵੇਲੇ ਕਣਕ ਉੱਗ ਗਈ? ਉਸੇ ਵੇਲੇ ਕਣਕ ਉਹ ਨਹੀਂ ਉੱਗੀ, ਕਿਉਂਕਿ ਹਜੇ ਬੀਜ ਸਿੱਟਾ ਦਿੱਤਾ ਗਿਆ ਸੀ। ਜਦੋਂ ਸਿੱਟਾ ਦਿੱਤਾ ਗਿਆ ਤੇ ਪੂੰਗਰ ਦਾ ਸਮਾਂ ਆਇਆ ਤੇ ਉਹ ਸਿੱਟਾ ਫਟਿਆ, ਉਹਦੇ ਵਿੱਚੋਂ ਪੂੰਗਰ ਨਿਕਲੀ, ਉਹਦੇ ਵਿੱਚ ਕਟਾਣੀ ਨਿਕਲੀ। ਇਹ ਕਣਕ ਜਦੋਂ ਸਿੱਟਾ ਦਿੱਤਾ ਗਿਆ ਤੇ ਇਹਦੇ ਵਿੱਚ ਇੱਕ ਛੋਟੀ ਜਿਹੀ ਪੂੰਗਰ ਨਿਕਲੀ। ਅੱਜ ਤੁਸੀਂ ਦੇਖ ਸਕਦੇ ਹੋ ਤਿੰਨਾਂ ਮਹੀਨਿਆਂ ਬਾਅਦ ਜਾ ਕੇ ਕਿੱਦਾਂ ਇਹਨੂੰ ਛਿੱਟੇ ਲੱਗ ਗਏ ਨੇ। ਕੀ ਉਹ ਉਸੇ ਦਿਨ ਹੋਇਆ ਜਿਸ ਦਿਨ ਕਿਸਾਨ ਆਇਆ ਤੇ ਛਿੱਟਾ ਦਿੱਤਾ ਤੇ ਉਸੇ ਦਿਨ ਛਿੱਟੇ ਨਿਕਲ ਆਏ? ਨਹੀਂ, ਟਾਈਮ ਲੱਗਿਆ ਉਸ ਗੱਲ ਨੂੰ, ਟਾਈਮ ਲੱਗਿਆ, ਔਰ ਹਜੇ ਵੀ ਮਹੀਨਾ ਡੇਢ ਲੱਗ ਜਾਣਾ ਇਹਨੂੰ ਲਾਲ ਹੁੰਦਿਆਂ, ਇਹਨੂੰ ਪੱਕਦੇ ਪੱਕਦੇ ਜਦੋਂ ਕਿਸਾਨ ਦੇ ਹੱਥ ਵਿੱਚ ਲੱਗਣੀ ਆ 6-7 ਮਹੀਨੇ ਲੱਗ ਜਾਂਦੇ ਨੇ, ਆਈ ਥਿੰਕ 5-6 ਮਹੀਨੇ ਲੱਗ ਜਾਂਦੇ ਇਸ ਫਸਲ ਨੂੰ ਬਟੋਰਦੇ ਬਟੋਰਦੇ। ਉਸੇ ਤਰ੍ਹਾਂ ਤੁਸੀਂ ਜਦੋਂ ਪਰਮੇਸ਼ਵਰ ਦੇ ਧੀਆਂ ਦੇ ਪੁੱਤ ਦੇ ਖਿਲਾਫ ਸ਼ਰਿਅੰਤਰ ਰਚਦੇ ਹੋ, ਪਰਮੇਸ਼ਵਰ ਦੇ ਧੀਆਂ ਦੇ ਪੁੱਤਰ ਦੇ ਖਿਲਾਫ ਵੀ ਵਿਰੋਧੀ ਹੋ ਜਾਂਦੇ ਹੋ, ਸੱਚ ਨੂੰ ਤੁਸੀਂ ਝੂਠ ਕਹਿਣ ਦੀ ਬਲ ਰੱਖਦੇ ਹੋ, ਤੇ ਤਿਆਰ ਹੋ ਜਾਓ, ਤੁਹਾਡਾ ਵੀ ਸਮਾਂ ਆ ਰਿਹਾ ਹੈ। ਹਾਲੇਲੂਯਾ, ਹਾਲੇਲੂਯਾ। ਹਾਂ, ਉਹ ਅੱਜ ਨਹੀਂ ਹੋ ਸਕਦਾ, ਮੈਂ ਗਰੰਟੀ ਦੇਣੀ ਅੱਜ ਨਹੀਂ, ਪਰ ਕੱਲ ਵੀ ਦੂਰ ਨਹੀਂ ਹੈ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ, ਆਮੇਨ। ਕਿਉਂਕਿ ਪਰਮੇਸ਼ਵਰ ਦੇ ਜਿਹੜੇ ਧੀਆਂ ਪੁੱਤਰ ਹੁੰਦੇ ਨੇ ਉਹ ਸੱਚ ਦਾ ਮਾਰਗ ਸਿਖਾਉਂਦੇ ਨੇ। ਪਰਮੇਸ਼ਵਰ ਕੌਣ ਹੈ? ਸੱਚ, ਸੱਚ ਦੀ ਜੋਤੀ, ਰਾਹ, ਸੱਚ, ਜੀਵਨ ਪ੍ਰਭੂ ਯਿਸੂ ਮਸੀਹ ਹੈ, ਔਰ ਉਹਦੇ ਧੀਆਂ ਪੁੱਤਰ ਕੀ ਹੈ? ਸੇਮ ਉਹਦੀ ਕਾਪੀ, ਅਸੀਂ ਉਹਦੇ ਧੀਆਂ ਪੁੱਤਰ ਹਾਂ। ਸੱਚ ਦਾ ਰਾਹ ਦੱਸਦੇ ਹਾਂ, ਮਰਦੇ ਦਮ ਤੱਕ ਸੱਚ ਦਾ ਰਾਹ ਦੱਸਦੇ ਰਵਾਂਗੇ, ਆਮੇਨ। ਹਾਲੇਲੂਯਾ, ਹਾਲੇਲੂਯਾ, ਹਾਲੇਲੂਯਾ। ਹਜ਼ਾਰਾਂ ਨੂੰ ਬਚਾਇਆ ਵਾ ਤੇ ਲੱਖਾਂ ਨੂੰ ਅੱਗੇ ਹੋਰ ਬਚਾਵਾਂਗੇ ਪ੍ਰਭੂ ਯਿਸੂ ਮਸੀਹ ਦੇ ਨਾਮ, ਆਮੇਨ, 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 ਆਮੇਨ। ਇੱਕ ਵੀ ਬੰਦਾ ਇਹ ਕਹਿ ਕੇ ਦੱਸਦੇ ਕਿ ਅਸੀਂ ਕਿਸੇ ਨਸ਼ੇ ਵਾਲੇ ਦਾ ਜੀਵਨ ਬਦਲਾ ਦਿੱਤਾ, ਇੱਕ ਵੀ ਬੰਦਾ ਇਹ ਗੱਲ ਕਰਦੇ ਕਿ ਅਸੀਂ ਕਿਸੇ ਦੇ ਘਰਾਂ ਦੇ ਕਲੇਸ਼ਾਂ ਨੂੰ ਖਤਮ ਕਰ ਦਿੱਤਾ, ਇੱਕ ਵੀ ਜਣਾ ਦੱਸਦੇ ਕਿ ਅਸੀਂ ਕਿਸੇ ਦੇ ਡਿਵੋਰਸ ਕੈਂਸਲ ਕਰ ਦਿੱਤੇ ਨੇ, ਇੱਕ ਵੀ ਜਣਾ ਦੱਸਦੇ ਜਿਹੜੇ ਕੈਨੇਡਾ ਵਿੱਚ ਮੇਰੇ ਭੈਣ ਵੀਰ ਬੈਠੇ ਜਿਹੜੇ ਬੇਰੁਜ਼ਗਾਰ ਹੈ
ਕਰਦਾ, ਇਹ ਕੌਣ ਕਰਦਾ? ਇਹ ਮੇਰਾ ਪਰਮੇਸ਼ਰ ਕਰਦਾ। ਹਾਲੇਲੂਯਾ ਹਾਲੇਲੂਯਾ। ਇੱਕ ਵੀ ਜਣਾ ਦਾਤੇ ਜਿਹਦੇ ਕੈਂਸਰ ਠੀਕ ਹੋਇਆ ਹੋਏ, ਜਿਹਦਾ ਟੀਬੀ ਠੀਕ ਹੋਇਆ ਹੋਏ, ਜਿਹਦੀਆਂ ਮਿਰਗੀਆਂ ਗਈਆਂ ਹੋਣ, ਅਸੀਂ ਗਵਾਹ ਇਸ ਚੀਜ਼ ਦੇ, ਅਸੀਂ ਗਵਾਹ ਇਸ ਚੀਜ਼ ਦੇ ਕਿ ਅਸੀਂ ਸੱਚ ਦਾ ਮਾਰਗ ਦਾ ਹੋਕਾ ਦੇ ਰਹੇ ਹਾਂ ਤੇ ਲੋਕਾਂ ਨੂੰ ਛੁਡਾ ਰਹੇ ਹਾਂ ਝੂਠ ਦੀ ਦੁਨੀਆਂ ਦੇ ਵਿੱਚੋਂ, ਉਹਨਾਂ ਨੂੰ ਕੱਢ ਕੇ ਬਾਹਰ ਉਜਾਲੇ ਦੀ ਦੁਨੀਆਂ ਵਿੱਚ ਲੈ ਕੇ ਆ ਰਿਹਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ। ਆਮੇਨ ਆਮੇਨ। ਵਚਨ ਕਹਿੰਦਾ ਕਿ ਸਾਡੀ ਜਿਹੜੀ ਲੜਾਈ ਆ ਉਹ ਨਾ ਮਾਸ ਦੇ ਨਾਲ ਹੈ ਨਾ ਲਹੂ ਦੇ ਨਾਲ ਹੈ। ਸਾਡੀ ਲੜਾਈ ਕਿਹਦੇ ਨਾਲ ਆ? ਸਾਡੀ ਲੜਾਈ ਕਿਸੇ ਇਨਸਾਨ ਦੇ ਨਾਲ ਨਹੀਂ ਆ। ਇਨਸਾਨ ਮਤ ਸੋਚੇ ਕਿ ਇੱਕ ਕ੍ਰਿਸਚਨ ਇੱਕ ਮਸੀਹ ਦੂਸਰੇ ਲੋਕਾਂ ਦਾ ਵਿਰੋਧੀ ਆ, ਕਦੀ ਵੀ ਨਹੀਂ, ਕਦੀ ਵੀ ਨਹੀਂ। ਅਗਰ ਇੱਕ ਮਸੀਹ ਦੂਸਰੇ ਲੋਕਾਂ ਦਾ ਵਿਰੋਧੀ ਹੋਏਗਾ ਫਿਰ ਉਹ ਮਸੀਹ ਨਹੀਂ ਆ, ਉਹਦੇ ਅੰਦਰ ਮਸੀਹ ਦਾ ਮਨ ਨਹੀਂ ਆ। ਇੱਕ ਮਸੀਹ ਹਮੇਸ਼ਾ ਪਿਆਰ ਵੰਡਦਾ, ਪ੍ਰੇਮ ਵੰਡਦਾ, ਹਮੇਸ਼ਾ ਉਹਦੀ ਪਹਿਚਾਣ ਆ ਪ੍ਰੇਮ ਵੰਡਣੀ। ਜਿਹਦੇ ਅੰਦਰ ਪ੍ਰੇਮ ਆ ਉਹਦੇ ਅੰਦਰ ਪ੍ਰਭੂ ਯਿਸੂ ਮਸੀਹ ਹੈ। ਹਾਲੇਲੂਯਾ ਹਾਲੇਲੂਯਾ। ਬਾਈਬਲ ਦੱਸਦੀ ਆ ਕਿ ਸਾਡਾ ਜਿਹੜਾ ਜੰਗ ਆ, ਸਾਡਾ ਜਿਹੜਾ ਯੁੱਧ ਆ, ਸਾਡੀ ਜਿਹੜੀ ਲੜਾਈ ਆ ਉਹ ਕਿਸੇ ਇਨਸਾਨ ਦੇ ਨਾਲ ਨਹੀਂ ਆ, ਕਿਸੇ ਮਾਸ ਤੇ ਕਿਸੇ ਲਹੂ ਦੇ ਨਾਲ ਨਹੀਂ ਆ। ਮਾਸ ਤੇ ਲਹੂ ਕਿਸ ਚ ਪਾਇਆ ਜਾਂਦਾ? ਮਾਸ ਤੇ ਲਹੂ ਇੱਕ ਇਨਸਾਨ ਚ ਪਾਇਆ ਜਾਂਦਾ। ਨਾ ਸਾਡੀ ਮਾਸ ਦੇ ਨਾਲ ਲੜਾਈ ਆ, ਨਾ ਸਾਡੀ ਲਹੂ ਦੇ ਨਾਲ ਲੜਾਈ ਆ, ਨਾ ਕਿ ਕਿਸੇ ਇਨਸਾਨ ਦੇ ਨਾਲ ਲੜਾਈ ਆ। ਸਾਡੀ ਲੜਾਈ ਆ ਉਹਨਾਂ ਹਾਕਮਾਂ ਦੇ ਨਾਲ, ਉਹਨਾਂ ਸ਼ੈਤਾਨੀ ਤਾਕਤਾਂ ਦੇ ਨਾਲ ਲੜਾਈ ਆ ਜਿਹੜੀ ਇਨਸਾਨ ਦੇ ਅੰਦਰ ਵੜ ਕੇ ਇਨਸਾਨ ਨੂੰ ਭ੍ਰਿਸ਼ਟ ਕਰਾਉਂਦੀ ਆ, ਜਿਹੜੀ ਇਨਸਾਨ ਦੇ ਅੰਦਰ ਵੜ ਕੇ ਇਨਸਾਨ ਨੂੰ ਵਿਰੋਧੀ ਬਣਾਉਂਦੀ ਆ, ਜਿਹੜੀ ਇਨਸਾਨ ਦੇ ਅੰਦਰ ਵੜ ਕੇ ਉਹਨੂੰ ਮਸੀਹਾਂ ਦੇ ਖਿਲਾਫ ਭੜਕਾਉਂਦੀ ਆ। ਸਾਡੀ ਲੜਾਈ ਉਹਨਾਂ ਤਾਕਤਾਂ ਦੇ ਨਾਲ ਆ। ਹਾਲੇਲੂਯਾ ਹਾਲੇਲੂਯਾ। ਪ੍ਰਭੂ ਯਿਸੂ ਮਸੀਹ ਦੀ ਵੀ ਲੜਾਈ ਉਹਨਾਂ ਤਾਕਤਾਂ ਦੇ ਨਾਲ ਸੀ ਤੇ ਪ੍ਰਭੂ ਯਿਸੂ ਮਸੀਹ ਨੇ ਕਰੂਸ ਦੇ ਉੱਤੇ ਚੜ ਕੇ ਉਹਨਾਂ ਸ਼ੈਤਾਨ ਦੀਆਂ ਤਾਕਤਾਂ ਨੂੰ ਆਪਣੇ ਪੈਰਾਂ ਥੱਲੇ ਰੋਣ ਦਿੱਤਾ। ਹਾਲੇਲੂਯਾ ਹਾਲੇਲੂਯਾ। ਅੱਜ ਉਹੀ ਤਾਕਤ ਸਾਡੇ ਅੰਦਰ ਆ, ਜੈਸ ਆਮੇਨ। ਉਹੀ ਪਾਵਰ ਪ੍ਰਭੂ ਨੇ ਸਾਡੇ ਅੰਦਰ ਪਾਈ ਹੈ ਕਿ ਅਸੀਂ ਸ਼ੈਤਾਨ ਦੀਆਂ ਤਾਕਤਾਂ ਜਿਹੜੀਆਂ ਇਨਸਾਨ ਦੇ ਵਿੱਚ ਵੜ ਕੇ ਇਨਸਾਨ ਕੋ ਪੁੱਠੇ ਕੰਮ ਕਰਵਾਉਂਦੀਆਂ ਨੇ, ਉਹਨਾਂ ਸ਼ੈਤਾਨ ਦੀਆਂ ਤਾਕਤਾਂ ਨੂੰ ਅਸੀਂ ਮਰੋੜ ਸਕੀਏ ਪ੍ਰਭੂ ਯਿਸੂ ਮਸੀਹ ਦੇ ਸਾਮਰਥੀ ਜ਼ਿੰਦਾ ਨਾਮ ਦੇ ਵਿੱਚ। ਆਮੇਨ ਆਮੇਨ। ਆਰ ਯੂ ਰੈਡੀ? ਨੈਕਸਟ ਸੌਂਗ ਹਾਲੇਲੂਯਾ ਹਾਲੇਲੂਯਾ ਹਾਲੇਲੂਯਾ। ਰਿਵੇਸ਼ੇ ਕੇਰੇ ਬੇ ਰਬਾਸ਼ਾ ਖਵਾ ਬਾਬਾ ਬਾਰੇ ਕੇ ਬੇ ਬੇ ਬੇ।